ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਦੇ ਵਿੱਚ ਹਰ ਯੋਗ ਦੇ ਵਿੱਚ ਅੱਜ ਤਰੱਕੀ ਮਿਲੀ ਹੈ ਪੰਜਾਬ ਨੂੰ, ਅਤੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਵੇਂ ਉਪਰਾਲੇ ਕਰਕੇ ਪੰਜਾਬ ਵਾਸੀਆਂ ਨੂੰ ਹੋਰ ਨਵੇਂ ਤੋਹਫ਼ੇ ਦੇਵੇਗੀ। ਅੱਜ ਪੂਰੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ 75ਵਾਂ ਜਿਹੜਾ ਸਾਡਾ ਗਣਤੰਤਰ ਦਿਵਸ ਹੈ 26 ਜਨਵਰੀ ਦੀ, ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਸਾਡਾ ਮੁਲਕ ਤਰੱਕੀ ਕਰ ਰਿਹਾ, ਸਾਡਾ ਸੂਬਾ, ਸੋਹਣਾ ਸੂਬਾ ਪੰਜਾਬ, ਜਿਸ ਦਾ ਗੌਰਵਮਈ ਇਤਿਹਾਸ ਹੈ। ਪੰਜਾਬ ਨੇ ਸਾਡੇ ਦੇਸ਼ ਦੇ ਵਿੱਚ, ਚਾਹੇ ਉਹ ਆਜ਼ਾਦੀ ਦੀ ਲੜਾਈ ਹੋਵੇ ਜਾਂ ਉਸ ਤੋਂ ਬਾਅਦ, ਹਮੇਸ਼ਾ ਹੀ ਹਰ ਫੀਲਡ ਦੇ ਵਿੱਚ, ਚਾਹੇ ਉਹ ਗੇਮਾਂ ਹੋਣ, ਚਾਹੇ ਸ਼ਹਾਦਤਾਂ ਹੋਣ, ਸਭ ਤੋਂ ਮੂਹਰੇ ਜਿਹੜਾ ਆਪਣਾ ਜਿਹੜਾ ਰੋਲ ਨਿਭਾਇਆ ਹੈ। ਅਤੇ ਅੱਜ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਿਹਤ ਦੇ ਖੇਤਰ ਦੇ ਵਿੱਚ, ਸਿੱਖਿਆ ਦੇ ਖੇਤਰ ਦੇ ਵਿੱਚ, ਖੇਡਾਂ ਦੇ ਖੇਤਰ ਦੇ ਵਿੱਚ, ਨਿਵੇਸ਼ ਦੇ ਖੇਤਰ ਦੇ ਵਿੱਚ, ਨੌਕਰੀਆਂ, ਰੁਜ਼ਗਾਰ ਪ੍ਰਦਾਨ ਕਰਨ ਦੇ ਖੇਤਰ ਦੇ ਵਿੱਚ ਨਵੀਆਂ ਮੱਲਾਂ ਮਾਰ ਰਿਹਾ ਹੈ। ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਜੋ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਅਤੇ ਮੈਨੂੰ ਦੱਸਦੇ, ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਜਿਹੜੀ ਸਕੀਮ ਬਿਜ਼ਨਸ ਬਲਾਸਟਰ ਸਕੀਮ ਹੈ, ਉਸਨੂੰ ਪੂਰੇ ਵਿਸ਼ਵ ਦੇ ਇੱਕ ਮੰਚ ਦੇ ਉੱਤੇ, ਵਰਲਡ ਐਜੂਕੇਸ਼ਨ ਸਮਿਟ ਦੇ ਉੱਤੇ ਥਾਂ ਮਿਲੀ ਹੈ। ਅਤੇ ਉਸ ਸਕੀਮ ਨੂੰ ਪੂਰੇ ਵਿਸ਼ਵ ਵਿੱਚ ਦਿਖਾਇਆ ਗਿਆ ਕਿ ਕਿਵੇਂ ਸਕੂਲਾਂ ਦੇ ਬੱਚਿਆਂ ਦੇ ਵਿੱਚ ਅਸੀਂ ਬਹੁਤ ਛੋਟੀ ਉਮਰ ਦੇ ਵਿੱਚ ਐਂਟਰਪ੍ਰੀਨਰਸ਼ਿਪ ਹੁਨਰ ਜਿਹੜਾ ਪਾ ਸਕਦੇ ਹਾਂ, ਤਾਂ ਕਿ ਉਹ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਵੰਡਣ ਵਾਲੇ ਬਣਨ। ਅੱਜ ਇਸ ਗੱਲ ਦੀ ਦੱਸਦੇ ਖੁਸ਼ੀ ਹੋ ਰਹੀ ਹੈ ਅਤੇ ਕਿ ਪੰਜਾਬ ਦੇ 20,000 ਸਕੂਲਾਂ ਦੇ ਵਿੱਚ, 8,000 ਸਕੂਲਾਂ ਦੇ ਵਿੱਚ 4 ਦੀਵਾਰੀ ਦਾ ਕੰਮ ਚੱਲ ਰਿਹਾ। ਪੰਜਾਬ ਦੇ ਵਿੱਚ 13,000 ਨਵੇਂ ਕਲਾਸਰੂਮ ਬਣ ਰਹੇ ਹੈ। 117 ਸਾਡੇ ਜਿਹੜੇ ਸਕੂਲ ਆਫ ਐਮੀਨੈਂਸ ਆ, ਉਹਨਾਂ ਵਿੱਚੋਂ ਇੱਕ ਦਾ ਉਦਘਾਟਨ ਹੋ ਚੁੱਕਿਆ ਅਤੇ ਤਕਰੀਬਨ 13 ਹੋਰ ਬਣ ਕੇ ਤਿਆਰ ਹੈ, ਜਿਸ ਬਹੁਤ ਜਲਦ ਮਾਣਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਲੋਕਅਰਪਣ ਕਰਨਗੇ। ਸਾਡੇ ਜਿਹੜੇ ਬੱਚੇ ਹੈ ਉਹ ਦੇਸ਼ ਅਤੇ ਦੁਨੀਆ ਦੇ ਮੰਚਾਂ ਦੇ ਉੱਤੇ ਜਿਹੜਾ ਹੈ ਆਪਣਾ ਨਾਮ ਰੌਸ਼ਨ ਕਰ ਰਿਹਾ। ਸਾਡੇ ਹੁਣੀ ਬੱਚੇ ਸਰਕਾਰੀ ਸਕੂਲਾਂ ਦੇ ਜਾਪਾਨ ਜਾ ਕੇ ਆਏ ਹੈ, ਸਾਡੇ ਬੱਚੇ ਇਸਰੋ ਦੇ ਹਰ ਸੈਟੇਲਾਈਟ ਲਾਂਚ 'ਤੇ ਜਾਂਦੇ ਆ। ਸਾਡੇ ਬੱਚਿਆਂ ਨੂੰ ਜੋ ਐਕਸਪੋਜ਼ਰ ਵਿਜ਼ਿਟ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਹੈ, ਉਹ ਕਿਸੇ ਵੀ ਪੰਜਾਬ ਦੇ ਕਿਸੇ ਵੀ ਨਾਮੀ ਪ੍ਰਾਈਵੇਟ ਸਕੂਲ ਵੀ ਉਹ ਪ੍ਰਦਾਨ ਨਹੀਂ ਕਰਦਾ। ਅਗਰ ਕੋਈ ਬੱਚਾ NDA ਬਣਨਾ, ਆਫਿਸਰ ਬਣਨਾ ਚਾਹੁੰਦਾ, ਅਸੀਂ ਉਹਨਾਂ ਨੂੰ ਆਰਮੀ ਕੰਟੋਨਮੈਂਟਸ ਭੇਜਦੇ। ਅਗਰ ਕੋਈ ਬੱਚਾ ਕਹਿੰਦਾ ਮੈਂ UPSC ਕਲੀਅਰ ਕਰਨਾ, ਅਸੀਂ ਆਪਣੇ ਡਿਪਟੀ ਕਮਿਸ਼ਨਰਸ, ਆਪਣੇ SSP ਤਾਂ ਉਹਨਾਂ ਨੂੰ ਬਿਠਾਉਂਦੇ ਹਾਂ ਤਾਂ ਕਿ ਉਹਨਾਂ ਨੂੰ ਐਕਸਪੋਜ਼ਰ ਮਿਲੇ। ਅਗਰ ਕੋਈ ਬੱਚਾ ਕਹਿੰਦਾ ਮੈਂ ਵਕੀਲ ਬਣਨਾ ਚਾਹੁੰਦਾ, ਵੀ ਸੈਂਡ ਦੈਮ ਟੂ ਡਿਸਟ੍ਰਿਕਟ ਕੋਰਟਸ ਐਂਡ ਹਾਈ ਕੋਰਟ। ਸੋ ਇਹ ਐਕਸਪੋਜ਼ਰ ਵਿਜ਼ਿਟਸ ਚੱਲ ਰਿਹਾ ਅਤੇ ਹੋਰ ਵੀ ਹਰ ਪੱਖ ਜਿਹੜਾ ਹੈ, ਪੰਜਾਬ ਜਿਹੜਾ ਤਰੱਕੀ ਕਰ ਰਿਹਾ। ਅਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਕਿ ਮੇਰੇ ਵਰਗੇ ਇੱਕ ਆਮ ਘਰ ਦਾ ਨੌਜਵਾਨ ਨੂੰ ਇਹ ਮੌਕਾ ਮਿਲਿਆ। ਮੈਂ ਹਮੇਸ਼ਾ ਹੀ ਆਪਣੇ ਹਲਕੇ ਦੇ ਲੋਕਾਂ ਦਾ ਰਹਿਣੀ ਹੈ ਜਿਹਨੇ ਮੈਨੂੰ ਵਿਧਾਇਕ ਬਣਾਇਆ, ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਹੈ ਕਿ ਮੈਂ ਮੰਤਰੀ ਬਣਿਆ। ਅਤੇ ਜਿਹੜਾ ਪੰਜਾਬ ਦਾ ਸਭ ਤੋਂ ਪਾਵਨ ਮਹਿਕਮਾ ਹੈ ਉਹ ਮੇਰੇ ਕੋਲ ਹੈ ਅਤੇ ਆਪਣੀ ਜਿਹੜਾ ਅਸੀਂ ਸੇਵਾ ਅਰੂਜ ਕਰ ਰਹੇ ਹਾਂ। ਬਹੁਤ ਧੰਨਵਾਦ ਜੀ। ਹਰਜੋਤ ਜੀ, ਕਈ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦੀ ਅਨਾਊਂਸਮੈਂਟ ਹੋ ਚੁੱਕੀ ਹੈ, ਕਈਆਂ 'ਚ ਨਹੀਂ ਹੋਈ। ਮੈਂ ਜਿਹੜਾ 26 ਜਨਵਰੀ ਜਾਂ 15 ਅਗਸਤ ਹਮੇਸ਼ਾ ਹੀ ਇੱਕ ਇਹ ਰਹਿੰਦਾ ਕਿ ਜਿਹੜੇ ਜਿਹੜੇ ਪਰਫੋਰਮਿੰਗ ਬੱਚੇ ਨੇ ਜਾਂ ਸਟਾਫ ਆ, ਉਹਨਾਂ ਨੂੰ ਅਸੀਂ ਛੁੱਟੀ ਅਨਾਊਂਸ ਕਰਦੇ ਹਾਂ। ਤੁਹਾਨੂੰ ਆਪ ਸਭ ਵੀ ਜਾਣਦੇ ਹੋ ਕਿ ਇਸ ਵਾਰੀ ਇਮਤਿਹਾਨ ਜਿਹੜੇ ਆ ਬਹੁਤ ਨੇੜੇ ਆ ਚੁੱਕੇ ਆ, ਅਤੇ ਦੂਜੀ ਗੱਲ ਇਹ ਆ ਠੰਡ ਕਾਰਨ ਵੀ ਕਈ ਛੁੱਟੀਆਂ ਕਰਨੀਆਂ ਪਈਆਂ ਸੀ। ਇਸ ਸਾਲ ਪੰਜਾਬ ਦੇ ਵਿੱਚ ਹੜ੍ਹਾਂ ਦੀ ਵੀ ਮਾਰ ਰਹੀ, ਉਦੋਂ ਵੀ ਛੁੱਟੀਆਂ ਕਰਨੀਆਂ ਪਈਆਂ ਸੀ, ਅਤੇ ਇਸ ਵਾਰੀ ਅਕੈਡਮਿਕ ਵਰੇ ਦਾ ਬਹੁਤ ਨੁਕਸਾਨ ਹੋਇਆ। ਤਾਂ 26 ਜਨਵਰੀ ਅਤੇ 15 ਅਗਸਤ ਨੂੰ ਹਮੇਸ਼ਾ ਪ੍ਰੈਕਟਿਸ ਹੁੰਦੀ ਹੈ ਕਿ ਜਿਹੜੇ ਪਰਫੋਰਮਿੰਗ ਬੱਚੇ ਨੇ ਉਹਨਾਂ ਨੂੰ ਅਸੀਂ ਛੁੱਟੀ ਕਰਦੇ, ਉਹਨਾਂ ਨੂੰ ਇੱਥੇ ਵੀ ਕਰਾਂਗੇ। ਧੰਨਵਾਦ ਜੀ, ਆਪ ਸਭ ਦਾ ਧੰਨਵਾਦ ਸਰ।